ਪੰਜਾਬ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਦੂਸਰੀ ਲਹਿਰ ਹੈ ਉਹ ਤੇਜ਼ ਹੋ ਗਈ ਹੈ। ਇਸ ਨੂੰ ਲੈ ਕੇ ਕਰੋਨਾ ਵਾਇਰਸ ਦੇ ਮਰੀਜ਼ ਆ ਜਿਹੜੇ ਲਗਾਤਾਰ ਵਧਣੇ ਸ਼ੁਰੂ ਹੋ ਗਏ ਨੇ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ 8 ਵਜੇ ਤੋਂ ਲੈ ਕੇ ਅੱਜ ਪਹਿਲਾ ਦਿਨ ਕਰਫਿਊ ਆ ਜਿਹੜਾ ਉਹ ਲਾ ਦਿੱਤਾ ਹੈ। ਇਸ ਨੂੰ ਲੈ ਕੇ ਅਸੀਂ ਖੜੇ ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਤਿਹਾਸਕ ਨਗਰ 'ਚ, ਜਿੱਥੇ ਦਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਅੱਜ ਪਹਿਲਾ ਦਿਨ ਦੇ ਦੁਕਾਨਾਂ ਜਿਹੜੀਆਂ ਬਿਲਕੁਲ ਬੰਦ ਹੈ, ਔਰ ਪੰਜਾਬ ਪੁਲਿਸ ਹੈ ਜਿਹੜੀਆਂ ਸਖ਼ਤੀ ਨਜ਼ਰ ਆ ਰਹੀ ਹੈ ਔਰ ਕਿਤੇ ਨਾ ਕਿਤੇ ਦੁਕਾਨਾਂ ਜਿਹੜੀਆਂ ਉਹ ਬੰਦ ਕਰਵਾ ਰਹੀ ਹੈ। ਬੇਸ਼ੱਕ ਪਹਿਲਾ ਦਿਨ ਰੇਹੜੀਆਂ ਵਾਲੇ ਤੁਹਾਨੂੰ ਦਿਖਾਈ ਦਿੰਦੇ ਆ, ਫਿਰ ਇਹ ਵੀ ਜਲਦੀ ਤੋਂ ਜਲਦੀ ਜਿਹੜੇ ਜਾ ਰਹੇ ਹੈ ਤਾਂ ਕਿ ਇਹ ਕਰੋਨਾ ਵਾਇਰਸ ਦਾ ਜਿਹੜਾ ਸਰਕਾਰ ਦਾ ਜਿਹੜੇ ਹੁਕਮ ਦਿੱਤੇ ਆ ਉਹਨਾਂ ਦੀ ਪਾਲਣਾ ਕਰਵਾਈ ਜਾਂਦੀ। ਸਾਡੇ ਨਾਲ ਥਾਣਾ ਮੁਖੀ ਮੌਜੂਦ ਨੇ, ਆਪਾਂ ਗੱਲਬਾਤ ਕਰ ਲੈਂਦੇ ਹਾਂ ਕੀ ਆ ਸਰ, ਕੀ ਅੱਜ ਪਹਿਲਾ ਦਿਨ ਹੈ ਲੋਕਡਾਊਨ ਦਾ ਕਰਫਿਊ ਦਾ? ਅੱਜ ਸਰਕਾਰ ਵੱਲੋਂ ਸ਼ਾਮ ਨੂੰ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਗਿਆ ਅਤੇ ਅਸੀਂ ਲੋਕਾਂ ਨੂੰ ਸ਼ਾਮ ਨੂੰ 8 ਵਜੇ ਹੁਣ ਮਤਲਬ 8 ਵਜੇ ਆ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ, ਕਰੋਨਾ ਵਾਇਰਸ ਦੀਆਂ ਜੋ ਸਰਕਾਰ ਵੱਲੋਂ ਹਦਾਇਤਾਂ ਜਾਰੀ ਹੋਈਆਂ ਨੇ ਉਹਨਾਂ ਤੋਂ ਜਾਗਰੂਕ ਕਰਵਾ ਰਹੇ ਹਾਂ, ਪਾਲਣਾ ਕਰਵਾ ਰਹੇ ਇਹਨਾਂ ਨੂੰ। ਲਗਭਗ 90% ਮਾਰਕੀਟ ਪਹਿਲੇ ਹੀ ਬੰਦ ਹੋ ਚੁੱਕੀ ਸੀ, ਬਾਕੀ ਜੋ ਰਹਿੰਦੇ ਆ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਬੰਦ ਕਰਵਾ ਰਹੇ। ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪੀਲ ਕਰਨਾ ਚਾਹੁੰਦੇ, 30 ਤਰੀਕ ਤਾਂ ਹੀ ਬੰਦ ਹੈ, ਕੀ ਕਹਿਣਾ ਚਾਹੁੰਦੇ ਜਵਾਨਾਂ ਨੂੰ? ਅਤੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਇਹ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ, ਕਰੋਨਾ ਦੇ ਟਾਈਮ ਚੱਲਦੇ ਟਾਈਮ 'ਚ ਵੱਧ ਤੋਂ ਵੱਧ ਘਰ ਰਹਿਣ ਅਤੇ ਮਾਸਕ ਵਗੈਰਾ ਸੈਨੇਟਾਈਜ਼ ਵਗੈਰਾ ਯੂਜ਼ ਕਰਨ, ਲੋਕਾਂ ਨੂੰ ਦੂਰੀ ਬਣਾਈ ਰੱਖਣ ਤਾਂ ਕਰਕੇ ਸੋਸਾਇਟੀ ਦਾ ਬਚਾਅ ਹੋ ਸਕਦਾ ਜੀ। ਇਹ ਬਿਲਕੁਲ ਇਹ ਸਾਨੂੰ ਬਲਵਿੰਦਰ ਸਿੰਘ ਜੀ SHO ਜਿਨ੍ਹਾਂ ਨੇ ਦੱਸਿਆ ਕਿ ਅਸੀਂ ਬਿਲਕੁਲ ਸਖਤੀ ਸਰਕਾਰ ਦੇ ਹੁਕਮਾਂ ਦੀ ਜਿਹੜੀ ਪਾਲਣਾ ਕਰਾਂ ਤਾਂ ਕਿ ਕਰੋਨਾ ਵਾਇਰਸ ਹੈ ਜਿਹੜਾ ਉਹ ਇਹ ਤੋਂ ਬਿਮਾਰੀ ਤੋਂ ਜਿਹੜਾ ਬਚਾਇਆ ਜਾ ਸਕੇ। ਕੈਮਰਾਮੈਨ ਕਮਲ ਧਿਆਨ, ਲਖਵਿੰਦਰ ਸ਼ਰਮਾ, ਅਜੀਤ ਪੈਕਟੀ ਦੀ ਤਲਵੰਡੀ ਸਾਬੋ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।